ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਅੱਜ ਸ਼ਾਹਕੋਟ ਪੂਰਨ ਤੌਰ 'ਤੇ ਬੰਦ ਰਿਹਾ। ਇਸ ਮੌਕੇ ਜਗਦੀਪ ਸਿੰਘ ਰੰਧਾਵਾ ਨੇ, ਸਾਡੇ ਪੱਤਰਕਾਰ ਜਗਦੀਪ ਰੰਧਾਵਾ ਨੇ, SDM ਸੰਜੀਵ ਸ਼ਰਮਾ ਅਤੇ DSP ਪਿਆਰਾ ਸਿੰਘ ਨਾਲ ਇਸ ਸੰਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਸ਼ਹਿਰ ਦਾ ਨਿਰੀਖਣ ਕੀਤਾ। ਸ਼ਾਹਕੋਟ ਤੋਂ ਜਗਦੀਪ ਰੰਧਾਵਾ ਦੀ ਰਿਪੋਰਟ। ਕਿਉਂ, ਕੌਣ ਬਿਮਾਰ ਕੌਣ? ਨਹੀਂ ਨਹੀਂ ਦਵਾਈ ਕਾਹਦੀ ਦਵਾਈ ਲੱਗੀ? ਦਵਾਈ ਹਸਪਤਾਲਿਆਂ ਕਰਾਉਣ ਵਾਲੀ। ਸਰ, ਅੱਜ ਸ਼ਾਹਕੋਟ ਜਿਵੇਂ ਪੂਰੀ ਤਰੀਕੇ ਨਾਲ ਬੰਦ ਆ, ਉਸ ਦੇ ਬਾਰੇ ਤੁਸੀਂ ਦੱਸੋ ਮਾੜਾ। ਅੱਛਾ, ਇਹ ਜਿਹੜਾ ਬੰਦ ਕੀਤਾ ਹੈ, ਇਹਨੂੰ ਸੈਲਫ ਇੰਪੋਜ਼ਡ ਕਰਫਿਊ ਹੀ ਹੈਗਾ ਇੱਕ ਹਿਸਾਬ ਦਾ, ਜਿਹਦੇ ਨਾਲ ਇਹ ਹੈ ਕਿ ਕੁਛ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੈ ਉਹਨੂੰ ਛੱਡ ਕੇ, ਉਦਾਹਰਨ ਦੇ ਤੌਰ 'ਤੇ ਜਿੱਦਾਂ ਰਾਸ਼ਨ ਦੀਆਂ ਦੁਕਾਨਾਂ, ਮੈਡੀਸਨ ਦੀਆਂ ਦੁਕਾਨਾਂ, ਡਾਕਟਰਸ ਦੀਆਂ ਦੁਕਾਨਾਂ, ਪੈਟਰੋਲ ਪੰਪ ਵਗੈਰਾ ਨੇ, ਸਬਜ਼ੀਆਂ ਫਰੂਟ ਦੀਆਂ ਦੁਕਾਨਾਂ ਨੇ, ਇਹਨਾਂ ਨੂੰ ਛੱਡ ਕੇ ਬਾਕੀ ਜਿਹੜਾ ਆ ਸਾਰਿਆਂ ਨੂੰ ਅਪੀਲ ਕੀਤੀ ਹੈ। ਔਰ ਇੱਥੇ ਉਡੀਸਾ ਵੱਲੋਂ ਆਰਡਰ ਵੀ ਜਾਰੀ ਹੋ ਗਿਆ ਹੁਣ ਤੱਕ ਕਿ ਜਿਹੜੀਆਂ ਇਹ ਦੁਕਾਨਾਂ ਬੰਦ ਰਹਿਣਗੀਆਂ। ਔਰ ਇਹਦਾ ਮੰਤਵ ਇਹੋ ਹੀ ਹੈ ਕਿ ਲੋਕ ਜਿੰਨਾ ਘੱਟ ਤੋਂ ਘੱਟ ਬਾਹਰ ਨਿਕਲਣਗੇ, ਉਨੀ ਜਿਹੜੀ ਇਨਫੈਕਸ਼ਨ ਹੈ ਵਾਇਰਸ ਦੀ ਉਹ ਸਪਰੈਡ ਘੱਟ ਹੋਏਗੀ, ਫੈਲੇਗੀ ਘੱਟ, ਅਤੇ ਵਾਇਰਸ ਕੰਟੇਨ ਹੋ ਜਾਏਗਾ, ਬਿਮਾਰੀ ਜਿਹੜੀ ਉਹ ਕਾਬੂ 'ਚ ਆ ਜਾਏ। ਉਹਦਾ ਪਰਪਜ਼ ਇਹੋ ਹੀ ਹੈ ਬੰਦ ਰੱਖਣ। ਇੱਕ ਹੋਰ ਜਿਹੜੀ ਗੱਲ ਮੈਂ ਐਡ ਕਰਨਾ ਚਾਹਾਂਗਾ ਕਿ ਇਹ ਸਿਰਫ ਅੱਜ ਦਾ ਹੀ ਨਹੀਂ ਹੈ ਬੰਦ, ਇਹ ਅੱਗੇ ਤੱਕ ਹੀ ਐਕਸਟੈਂਡ ਹੈ। ਇਹ ਮਿਤੀ 22/3/2020 ਨੂੰ ਅੱਜ ਸਵੇਰੇ 7 ਵਜੇ ਤੋਂ ਬੁੱਧਵਾਰ ਮਿਤੀ 25/3/2020 ਰਾਤ 12 ਵਜੇ ਤੱਕ ਇਹ ਆਰਡਰ ਜਿਹੜੇ ਡਿਪਟੀ ਕਮਿਸ਼ਨਰ ਜਲੰਧਰ ਦੇ ਨੇ, ਇਹ ਜਿਹੜਾ ਬੰਦ ਹੈ ਇਹ ਸਿਰਫ ਅੱਜ ਦਾ ਹੀ ਨਹੀਂ, ਇਹ 22 ਤੋਂ ਲੈ ਕੇ 25 ਤੱਕ ਇਹ ਬੰਦ ਰਹੇਗਾ। ਠੀਕ ਹੈ ਜੀ ਸਰ, ਹੋਰ ਇੰਟਰਨੈਟ ਸੇਵਾਵਾਂ ਚੱਲਦੀਆਂ ਰਹਿਣਗੀਆਂ ਕਿ ਇਹ ਵੀ ਬੰਦ ਹੋਣਗੀਆਂ? ਹਾਂ, ਇੰਟਰਨੈਟ ਸੇਵਾਵਾਂ ਚੱਲਦੀਆਂ ਰਹਿਣਗੀਆਂ। ਠੀਕ ਹੈ ਸਰ। ਸ਼ਾਹਕੋਟ ਦੇ ਸਬ ਡਿਵੀਜ਼ਨ ਦੇ ਵਿੱਚ ਪੂਰੀ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੈ, ਬਿਲਕੁਲ ਕਲੀਅਰ ਆ। ਠੀਕ ਹੈ ਜੀ ਸਰ, ਕਰੋਨਾ ਵਾਇਰਸ ਬਾਰੇ ਕੁਛ ਜਾਣਕਾਰੀ? ਇਹ ਆ ਵੀ ਲੋਕਾਂ ਨੂੰ ਹਦਾਇਤ ਕੀਤੀ ਹੈ ਘਰਾਂ ਵਿੱਚ ਬਹਿਣ, ਬਾਹਰ ਨਹੀਂ ਨਿਕਲਣਗੇ। ਸਾਰਿਆਂ ਨੂੰ ਇਹੋ ਹਦਾਇਤ ਕੀਤੀ, ਰਿਕੁਐਸਟ ਵੀ ਕੀਤੀ ਹੈ ਔਰ ਸਾਰੇ ਮੰਨ ਵੀ ਲਏ। ਠੀਕ ਹੈ ਸਰ।
ਸਰ ਸ਼ਹਿਰ ਪੂਰੇ ਤਰੀਕੇ ਨਾਲ ਬੰਦ ਕੀਤਾ ਗਿਆ? ਹਾਂ, ਸ਼ਹਿਰ ਪੂਰੇ ਤਰੀਕੇ ਨਾਲ ਬੰਦ ਕੀਤਾ ਗਿਆ, ਔਰ ਸਾਰੇ 37 ਦਿਨ ਲਗਭਗ ਬੰਦ ਆ ਟੋਟਲ ਬੰਦ। ਠੀਕ ਹੈ।